ਤੁਹਾਡੇ ਮਨ ਚ ਕੋਈ ਚੀਜ਼ ਆ ਨਾ, ਤੁਸੀਂ ਆਪਣੇ ਪੇਰੈਂਟਸ ਨੂੰ ਕੋਈ ਚੀਜ਼ ਕਹਿਣੀ ਚਾਹੁੰਦੇ ਹੋ। ਕਈ ਵਾਰੀ ਜਿਵੇਂ ਪਿਛਲੀ ਅਰਦਾਸ ਕਰਾਂ ਦੇ ਵਿੱਚ ਇੱਕ ਸੀਨ ਸੀਗਾ ਮੇਰਾ ਜਿਹੜਾ ਲਿਖਿਆ ਸੀਗਾ, ਤੁਸੀਂ ਬਲਜੀਤ ਭਾਜੀ ਆਏ, ਉਹਨਾਂ ਨੇ ਕੱਟਿਆ ਕਹਿੰਦੇ ਡਾਇਰੈਕਟਰ ਬਾਏ ਬਲਜੀਤ ਸਿੰਘ ਦਿਓ। ਮੈਂ ਕਿਹਾ ਭਾਜੀ ਵੀ ਮੈਨੂੰ ਨੀ ਪਤਾ ਵੀ ਮੈਂ ਕੀ ਲਿਖਦਾ ਜਾਂ ਮੈਂ ਜੇ ਲਿਖਦਾ ਕੀ ਕਿੱਦਾਂ ਦੀ ਸਕ੍ਰਿਪਟ ਲਿਖਦਾ, ਜੇ ਮੈਂ ਡਾਇਰੈਕਟ ਕਰਦਾ ਤਾਂ ਕਿੱਦਾਂ ਦੀ ਫਿਲਮ ਡਾਇਰੈਕਟ ਕਰਦਾ। ਪਰ ਮੈਂ ਕਿਹਾ ਜੋ ਬਣ ਕੇ ਆਇਆ ਨਾ, ਮੈਨੂੰ ਪੱਕਾ ਪਤਾ ਇਦੋਂ ਵਧੀਆ ਕੁਛ ਨੀ ਸੀ ਹੋ ਸਕਦਾ। ਜਦੋਂ ਪਾਪਾ ਗਏ ਨੇ ਤਾਂ ਪਾਪਾ ਦਾ ਮੈਸੇਜ ਆ ਰਹੇ ਸੀ, ਮੈਂ ਇੱਧਰ ਚਾਹ ਪੀ ਰਿਹਾ ਸੀ ਬੈਠਾ ਹੈ ਨਾ, ਤੇ ਚਾਹ ਪੀਂਦਾ ਸੀ, ਪਾਪਾ ਦੇ ਮੈਸੇਜ ਆਈ ਜਾਂਦੇ ਸੀ। ਚੱਲ ਮੈਨੂੰ ਐਂ ਸੀ, ਮੈਂ ਕਿਹਾ ਮਾਸਟਰ ਜੀ ਮੈਸੇਜ ਕਰੀ ਜਾਂਦੇ ਆ, ਮੈਂ 5-7 ਮਿੰਟ ਤੱਕ ਕਾਲ ਹੀ ਕਰ ਦੂੰਗਾ, ਵੀ ਚੱਲ ਵਾਰ ਵਾਰ ਮੈਸੇਜ ਕਰੀ ਜਾਂਦੇ ਨੇ ਯਾਰ, ਹਟਦੀ ਨੀ ਹੈ ਨਾ। ਤੇ ਜਦੋਂ ਮੈਂ ਚਾਹ ਦਾ ਕੱਪ ਰੱਖ ਕੇ 10 ਮਿੰਟ ਬਾਅਦ ਫੋਨ ਦਿੱਤਾ ਤਾਂ ਮਾਸਟਰ ਜੀ ਬਾਅਦ ਨੋ ਕੋਰਸ ਹੈ ਨਾ, ਪਾਪਾ ਉਨੀ ਦੇਰ ਵਿੱਚ ਚਲੇ ਗਏ ਸੀ, 5 ਮਿੰਟ ਚ ਹੀ ਚਲੇ ਗਏ। ਸੋ ਨੈਵਰ ਨੋ ਕਦੋਂ ਕੀ ਹੋ ਜਾਣਾ। ਸੋ ਆਪਾਂ ਇਹੀ ਗੱਲ ਕਹੀ ਗਈ ਹੈ ਜਿਹੜੀ ਤੁਸੀਂ ਗੱਲ ਫੜਨ ਦੀ ਕੋਸ਼ਿਸ਼ ਕੀਤੀ, ਆਪਾਂ ਇਗਨੋਰ ਕਰ ਦਿੰਦੇ ਹਾਂ ਪਤਾ। ਹਾਂ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੋਰੋਨਾ ਕਾਲ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਧੜਾਧੜ ਫਿਲਮਾਂ ਰਿਲੀਜ਼ ਕਰ ਰਹੀ ਹੈ ਅਤੇ ਕਾਮੇਡੀ ਡਰਾਮਾ ਐਕਸ਼ਨ ਨਾਲ ਭਰਪੂਰ ਫਿਲਮਾਂ ਰਿਲੀਜ਼ ਹੁੰਦੀਆਂ ਵੇਖਣ ਨੂੰ ਮਿਲ ਰਹੀਆਂ ਹਨ। ਪਰ ਹੁਣ ਇਮੋਸ਼ਨਲ ਡਰਾਮਾ 'ਤੇ ਵੀ ਇੱਕ ਫਿਲਮ ਮਾਂ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲ ਹੀ 'ਚ ਇੱਕ ਵੀਡੀਓ ਜਿਸ ਵਿੱਚ ਫਿਲਮ ਦੇ ਮੁੱਖ ਕਿਰਦਾਰ ਗਿੱਪੀ ਗਰੇਵਾਲ ਅਤੇ ਲੇਖਕ ਰਾਣਾ ਰਣਬੀਰ ਸੋਸ਼ਲ ਮੀਡੀਆ 'ਤੇ ਲਾਈਵ ਹੋਏ ਅਤੇ ਫਿਲਮ ਦੀ ਸ਼ੂਟਿੰਗ ਦੇ ਸਮੇਂ ਦੇ ਯਾਦਗਾਰ ਪਲਾਂ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਮਾਂ ਪੁੱਤ ਦੇ ਪਿਆਰ ਭਰੇ ਰਿਸ਼ਤੇ ਦੀਆਂ ਗੱਲਾਂ ਕੀਤੀਆਂ ਅਤੇ ਲੋਕਾਂ ਨੂੰ ਆਪਣੀ ਮਾਂ ਦਾ ਆਦਰ ਕਰਨ ਦੀ ਸਲਾਹ ਵੀ ਦਿੱਤੀ। ਫਿਲਮ ਦੇ ਲੇਖਕ ਰਾਣਾ ਰਣਬੀਰ ਨੇ ਵੀ ਕਿਹਾ ਕਿ ਇਹ ਫਿਲਮ ਮਾਂ ਦੇ ਪਿਆਰ 'ਤੇ ਸਮਰਪਿਤ ਹੈ ਅਤੇ ਸਾਨੂੰ ਇਹੋ ਜਿਹੀਆਂ ਫਿਲਮਾਂ ਵੇਖਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਦੋਹਾਂ ਕਲਾਕਾਰਾਂ ਨੇ ਮਖੌਲ ਭਰੇ ਕਿੱਸੇ ਵੀ ਸ਼ੇਅਰ ਕੀਤੇ ਅਤੇ ਮਸ਼ਹੂਰ ਫਨਕਾਰ ਸਰਦੂਲ ਸਿਕੰਦਰ ਨੂੰ ਵੀ ਯਾਦ ਕੀਤਾ। ਹੋਰ ਕੀ ਕਿਹਾ ਕਲਾਕਾਰਾਂ ਨੇ, ਦੇਖੋ ਉਹਨਾਂ ਦਾ ਇਹ ਵੀਡੀਓ। ਲਿਖੀ ਲਿਖਾਈ ਮਿਲ ਜੂਗੀ, ਮੈਂ ਕਿਹਾ ਉਹਨਾਂ ਨੇ ਫਿਲਮ ਲਿਖੀ, ਮੈਂ ਕਿਹਾ ਚੱਲ ਮੈਂ ਸੋਚਿਆ ਵੀ ਰਾਣਾ ਬਾਈ ਲਿਖ ਰਿਹਾ, ਮੈਂ ਡਾਇਰੈਕਟਰ ਹੋਊਂਗਾ ਫਿਲਮ ਦਾ। ਮੈਂ ਕਿਹਾ ਉਹਨਾਂ ਨੇ ਲਿਖ ਕੇ ਮੈਨੂੰ ਦੇਤੀ। ਪਹਿਲੇ ਪੇਜ ਤੇ ਮੈਂ ਲਿਖਿਆ ਸੀ ਰਿਟਨ ਬਾਈ ਰਾਣਾ ਰਣਵੀਰ, ਡਾਇਰੈਕਟਡ ਬਾਈ ਗਿੱਪੀ ਗਰੇਵਾ। ਉਹ ਬਲਜੀਤ ਭਾਜੀ ਆਏ, ਉਹਨਾਂ ਨੇ ਕੱਟਿਆ ਕਹਿੰਦੇ ਡਾਇਰੈਕਟਡ ਬਾਈ ਬਲਜੀਤ ਸਿੰਘ ਦਿਓ। ਤੇ ਪਰ ਚਲੋ ਮੈਂ ਨਾ ਸੱਚੀ ਗੱਲ ਕਹਿਣਾ, ਮੈਂ ਨਾ ਜਦੋਂ ਹੁਣ ਤੁਸੀਂ ਵੀ ਹਲੇ ਫਿਲਮ ਨੀ ਦੇਖੀ ਪੂਰੀ ਤੇ ਬਲਜੀਤ ਭਾਜੀ ਨੇ ਵੀ ਉਵੇਂ ਨੀ ਸੀ ਦੇਖੀ, ਮੈਂ ਫਾਈਨਲ ਦੇਖਿਆ ਹਨਾ ਜੀ, ਤੇ ਮੈਂ ਭਾਜੀ ਨੂੰ ਕਿਹਾ, ਮੈਂ ਕਿਹਾ ਭਾਜੀ ਵੀ ਮੈਨੂੰ ਨੀ ਪਤਾ ਵੀ ਮੈਂ ਕੀ ਲਿਖਦਾ ਜਾਂ ਮੈਂ ਜੇ ਲਿਖਦਾ ਕੀ ਕਿੱਦਾਂ ਦੀ ਸਕ੍ਰਿਪਟ ਲਿਖਦਾ, ਜੇ ਮੈਂ ਡਾਇਰੈਕਟ ਕਰਦਾ ਤਾਂ ਕਿੱਦਾਂ ਦੀ ਫਿਲਮ ਡਾਇਰੈਕਟ ਕਰਦਾ। ਪਰ ਮੈਂ ਕਿਹਾ ਜੋ ਬਣ ਕੇ ਆਇਆ ਨਾ, ਮੈਨੂੰ ਪੱਕਾ ਪਤਾ ਇਦੋਂ ਵਧੀਆ ਕੁਛ ਨੀ ਸੀ ਹੋ ਸਕਦਾ। ਮਤਲਬ ਮੈਂ ਇੱਕ ਗੱਲ ਹੋਰ ਵੀ, ਅੱਖਾਂ ਭਰ ਗਈਆਂ ਮੇਰੀ, ਇਹ ਉਹੀ ਹੈ ਹੈ ਵੀ ਜਿਹੜੀ ਮਾਂ ਮੈਂ ਚਾਹੁੰਦਾ ਸੀ, ਹਾਂ ਇਹ ਉਹੀ ਆ, ਇਹ ਉਹੀ ਆ ਬਾਈ, ਮੇਰੀਆਂ ਅੱਖਾਂ ਭਰ ਗਈਆਂ, ਮੈਂ ਨਾ ਇੰਨਾ ਇਮੋਸ਼ਨਲ ਹੋਇਆ ਹਨਾ, ਤੇ ਯਾਰ ਮੈਨੂੰ ਇੰਨਾ ਵਧੀਆ ਲੱਗਿਆ। ਮੈਂ ਨਾ ਕਿਸੇ ਨੂੰ ਕਹਿੰਦਾ, ਮੈਂ ਕਿਹਾ ਵੀ ਜਦੋਂ ਕਈ ਵਾਰੀ ਇਹ ਏਦਾਂ ਦੀ ਫਿਲਮ ਆ, ਬੰਦਾ ਬਾਅਦ ਵਿੱਚ ਆਪਣੀ ਮੰਮੀ ਨੂੰ ਨਿਕਲ ਕੇ 2-3 ਵਾਰੀ ਜ਼ਿਆਦਾ ਜੱਫੀਆਂ ਪਾ ਲੈਂਦਾ, ਜ਼ਿਆਦਾ ਟੈਲੀਫੋਨ ਕਰ ਲੈਂਦਾ, ਮੰਮੀ ਵੀ ਪੁੱਛਣ ਲੱਗਦੀ ਆ ਵੀ ਪੁੱਤ ਸਭ ਕੁਝ ਠੀਕ ਹੈ। ਮੈਂ ਕਿਹਾ ਬਾਈ ਟਾਈਟਲ ਕੀ ਆ, ਤੁਸੀਂ ਕਿਹਾ ਵੀ ਇਹੀ ਹੋਊਗਾ ਟਾਈਟਲ, ਮਾਂ ਹੀ ਹੋਊਗਾ। ਤੇ ਆਪਾਂ ਵੀ ਗੱਲ ਹੋਈ ਵੀ ਸ਼ਾਇਦ ਮਿਲੇ ਨਾ, ਪਰ ਜੇ ਕਿਸੇ ਕੋਲੇ ਹੋਇਆ ਤਾਂ ਲੈ ਲਾਂਗੇ। ਪਰ ਦੇਖੋ ਵੀ ਗੱਲ ਕੀ ਸੀ ਵੀ ਕਿਸੇ ਨੇ ਧਿਆਨ ਹੀ ਨੀ ਦਿੱਤਾ ਸੀ ਤੇ ਆਪਾਂ ਨੂੰ ਟਾਈਟਲ ਆਪਣੇ ਕੋਲੇ ਮਿਲ ਗਿਆ। ਔਰ ਏਡਾ ਵੱਡਾ ਸਬਜੈਕਟ, ਮੈਂ ਕੱਲ ਜਦੋਂ ਕੱਲ ਦਿੱਲੀ ਪਹੁੰਚਿਆ ਨਾ ਤਾਂ ਦਿੱਲੀ ਪ੍ਰਮੋਸ਼ਨਾਂ ਸ਼ੁਰੂ ਕੀਤੀਆਂ ਬਾਈ, ਮੈਂ ਸੀ, ਗੁੱਗੀ ਭਾਜੀ ਨੇ, ਦਿਵਿਆ ਜੀ ਸੀਗੇ, ਤੇ ਜਦੋਂ ਇਹ ਸਾਰੇ ਜਣੇ ਇੱਥੇ ਫਿਲਮ ਪ੍ਰਮੋਟ ਕਰ ਰਹੇ ਸੀ ਨਾ, ਤੇ ਉਦੋਂ ਮੈਂ ਇੱਕ ਚੀਜ਼ ਰਿਲਾਈਜ਼ ਕੀਤੀ ਤਾਂ ਉਹਨੇ ਬਹੁਤ ਬੰਦਿਆਂ ਨੇ ਕਿਹਾ, ਜਿਹੜੇ ਹਿੰਦੀ ਵਾਲੇ ਬੰਦੇ ਜਿਵੇਂ ਕਈ ਇੰਟਰਵਿਊ ਕਰਦੇ ਨੇ ਤਾਂ ਉਹ ਨੋਰਮਲੀ ਇੰਟਰਵਿਊ ਕਰ ਰਹੇ, ਉਹ ਕਦੇ ਨੀ ਇਹ ਕਹਿੰਦੇ ਹੁੰਦੇ ਵੀ ਅਸੀਂ ਫਿਲਮ ਦੇਖਣੀ ਆ ਹਨਾ, ਉਹ ਲੱਗੇ ਵੀ ਅਸੀਂ ਫਸਟ ਡੇ ਫਸਟ ਸ਼ੋਅ ਦੇਖਣੀ ਆ, ਕਹਿੰਦੇ ਭਾਜੀ ਵੀ ਇਹ ਫਿਲਮ ਇੱਕ ਏਦਾਂ ਦੀ ਫਿਲਮ ਆ ਵੀ ਇਹਦੇ ਲਈ ਲੈਂਗੁਏਜ ਸੋਨਾ ਮਾਇਨੇ ਰੱਖਦੀ ਆ। ਸਾਰਾ ਕੁਛ ਓਦਾਂ ਹੀ ਸਮਝ ਆ ਰਿਹਾ, ਉਹ ਕਹਿੰਦੇ ਅਸੀਂ ਟ੍ਰੇਲਰ ਦੇਖਿਆ ਜੋ ਸਾਨੂੰ ਫੀਲ ਆਈ ਹਨਾ, ਕਿਉਂਕਿ ਮਾਂ ਦੇ ਅਲੱਗ ਅਲੱਗ ਰੂਪ ਜਿੰਨੇ ਚੀਜ਼ਾਂ ਦਿਖ ਰਹੀਆਂ ਨੇ, ਔਰ ਜੋ ਦਿਵਿਆ ਜੀ ਨੇ ਪਰਫਾਰਮ ਕੀਤਾ ਨਾ ਯਾਰ, ਉਹ ਵੀ ਇੱਕ ਨਦਰ ਲੈ ਕੇ। ਮੈਂ ਤਾਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਲੇਖੀ ਨਾ ਕਰਦੇ, ਮੈਂ ਕਿਹਾ ਮੈਨੂੰ ਨੀ ਪਤਾ ਸੀ ਜਿਉਂਦਾ ਕਰਤਾ ਉਹਨਾਂ ਨੇ ਜਿਹੜਾ ਡਾਇਲੋਗ ਵੀ, ਹੱਥ ਦੀ ਖੋਈ ਜਾ ਸਕਦੀ ਹੈ ਮੱਥੇ ਦੀ ਨਹੀਂ, ਮੱਥੇ ਦੀ ਲਿਖੀ ਨਹੀਂ, ਪਰ ਕਿਆ ਡਾਇਲੋਗ ਸੀ ਮਹਾਰਾਜ, ਕਮਾਲ ਕਮਾਲ। ਉਹ ਪਹਿਲੀ ਅਰਦਾਸ ਦੇ ਵਿੱਚ ਸੀ ਨਾ,
ਜਾਤ ਗੋਤ ਕੀ ਹੈ ਹਾਂ ਹਨਾ ਜਿਵੇਂ ਕੁਛ ਕੁਛ ਚੀਜ਼ਾਂ ਹੁੰਦੀਆਂ ਨੇ ਨਾ ਤੇ ਜਿਹੜੀਆਂ ਦੁਨੀਆਂ ਦੇ ਦਿਲ ਚ ਵਸਦੀਆਂ ਜਿਹੜੇ ਟੀਕੇ ਹੁੰਦੇ ਨੇ ਨਾ ਬਾਈ ਵਨ ਲਾਈਨਰ ਬਾਈ ਵਨ ਲਾਈਨਰ ਬਾਈ ਸਿੱਖਾ ਡਾਲੋ ਕਰਕੇ ਇਹ ਠੀਕ ਹੈ ਮਤਲਬ ਮੈਂ ਸਾਰੇ ਜਿਹੜੇ ਸੁਣ ਰਹੇ ਨੇ ਮੈਂ ਤੁਹਾਨੂੰ ਦੱਸਦਾ ਮੈਂ ਗਿੱਪੀ ਬਾਈ ਹੋਰਾਂ ਦੀ ਗੱਲ ਕਰਦਾ ਗਿੱਪੀ ਬਾਈ ਹੋਰਾਂ ਨੂੰ ਜਦੋਂ ਮੈਂ ਕੋਈ ਵੀ ਸਕ੍ਰਿਪਟ ਲਿਖ ਕੇ ਭੇਜਦਾ ਤਾਂ ਇਹ ਕਹਿੰਦੇ ਬਾਈ ਕਮਾਲ ਮਜ਼ਾ ਆ ਗਿਆ ਮੈਨੂੰ ਮੈਂ ਦੋ ਵਾਰ ਪੜ੍ਹ ਲਿਆ ਮੈਂ ਰਵਨੀਤ ਹੋਰਾਂ ਨੂੰ ਵੀ ਸੁਣਾਤਾ ਭੈਣ ਜੀ ਦਾ ਸਾਡੀ ਦਾ ਨਾਂ ਹੈ ਨਾ ਭਾਬੀ ਦਾ ਵੀ ਉਹਨਾਂ ਨੂੰ ਵਧੀਆ ਲੱਗਿਆ ਪਰ ਬਾਈ ਥੋੜਾ ਜਿਹਾ ਹੋਰ ਖਿੱਚ ਕੇ ਦੇਖੋ ਜਿਹੜੀਆਂ ਫਿਲਮਾਂ ਆਪਾਂ ਕਾਮੇਡੀ ਲਿਖਦੇ ਆ ਨਾ ਕਾਮੇਡੀ ਜਿੰਨੀਆਂ ਵੀ ਫਿਲਮਾਂ ਹੁੰਦੀਆਂ ਆਪਣੀਆਂ ਉਹਦੇ ਚ ਸਾਰੇ ਆਪਣੇ ਐਕਟਰ ਅੱਛੇ ਹੁੰਦੇ ਨੇ ਤੇ ਹਾਸਾ ਆਪਾਂ ਪਾਉਣਾ ਹੁੰਦਾ ਆਪਾਂ ਪੰਚ ਮਾਰਨੇ ਹੁੰਦੇ ਆ ਤੇ ਲੋਕ ਹੱਸਦੇ ਨੇ ਤੇ ਹੱਸ ਕੇ ਆ ਜਾਂਦੇ ਨੇ ਇਹ ਫਿਲਮਾਂ ਨੇ ਇੱਕ ਇਹ ਨੇ ਇਹ ਐਕਚੁਲੀ ਸਿਨੇਮਾ ਹੈ ਜਦੋਂ ਇਹ ਜੀ ਫਿਲਮ ਦੇ ਵਿੱਚ ਕੁਛ ਵੀ ਥੋੜਾ ਜਿਹਾ ਡਰੈਗ ਹੋ ਜਾਵੇ ਜਾਂ ਫਿਲਮ ਠੀਕ ਨਾ ਲੱਗੇ ਉੱਥੇ ਹੀ ਇਹ ਫਿਲਮ ਖਰਾਬ ਹੋ ਜਾਂਦੀ ਹੈ ਉੱਥੇ ਹੀ ਇਹ ਫਿਲਮ ਦਾ ਇਮੋਸ਼ਨ ਇਸ ਫਿਲਮ ਦੀ ਫੀਲ ਸਾਰਾ ਕੁਛ ਟੁੱਟ ਜਾਂਦਾ ਵਾ ਹਨਾ ਸੋ ਇਹ ਫਿਲਮਾਂ ਦਰੁਸਤ ਬਣਨੀਆਂ ਬਹੁਤ ਹੀ ਜ਼ਰੂਰੀ ਨੇ ਔਰ ਤੁਸੀਂ ਦੇਖੋ ਫਿਲਮ ਬਣਾ ਰਹੇ ਹੋ ਆਪਾਂ ਮਾਂ ਤੇ ਫਿਲਮ ਨਾ ਰਾਈਟ ਬਣੇ ਹਨਾ ਫਿਲਮ ਠੀਕ ਨਾ ਬਣੇ ਠੀਕ ਆ ਅਗਲੇ ਕਹਿਣਗੇ ਯਾਰ ਇਦੂ ਤਾਂ ਨਾ ਹੀ ਬਣਾਉਂਦੇ ਹਨਾ ਕਾਮੇਡੀ ਦੂਜਾ ਰੀਅਲਿਸਟਿਕ ਵੱਧ ਹੱਸਣੇ ਰੀਅਲਿਸਟਿਕ ਨਾ ਲੱਗੇ ਬੰਦਾ ਕਹੇ ਵੀ ਨਹੀਂ ਇਹ ਜੀ ਮਾਂ ਨਹੀਂ ਹੋ ਸਕਦੀ ਤਾਂ ਵੀ ਉਹ ਚੀਜ਼ਾਂ ਜ਼ਰੂਰੀ ਨੇ ਹਨਾ ਬਿਲਕੁਲ ਉਹ ਚੀਜ਼ਾਂ ਔਰ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਵੀ ਜਿਹੜੀ ਹੁਣ ਜਿਵੇਂ ਇਹ ਫਿਲਮਾਂ ਮੈਂ ਕਈ ਕੱਲ ਵੀ ਕਈਆਂ ਨੂੰ ਦੱਸਦਾ ਸੀਗਾ ਮੈਂ ਕਿਹਾ ਯਾਰ ਇਹ ਐ ਨੀ ਗਾ ਕੁਛ ਵੀ ਅਸੀਂ ਕੋਈ ਬੜੀ ਇਹ ਚੀਜ਼ ਵੀ ਕਹਾਣੀ ਆ ਲਿਖ ਦਿੱਤੀ ਮੈਂ ਕਿਹਾ ਰੇ ਆਮ ਕਹਾਣੀ ਆ ਇਹ ਤਾਂ ਮੇਰੇ ਘਰ ਦੀ ਕਹਾਣੀ ਆ ਤੁਹਾਡੇ ਘਰ ਦੀ ਕਹਾਣੀ ਆ ਡੇਲੀ ਇਹ ਚੀਜ਼ਾਂ ਹੁੰਦੀਆਂ ਆਪਾਂ ਮਦਰ ਨੂੰ ਆਪਣੀ ਨੂੰ ਫੋਰ ਗ੍ਰਾਂਟਡ ਲੈਂਦੇ ਹਾਂ ਹਨਾ ਜਿਹੜੀ ਚੀਜ਼ ਆਪਣੇ ਕੋਲ ਹੁੰਦੀ ਆ ਆਪਾਂ ਉਹਦੀ ਵੈਲਿਊ ਨੀ ਓਨੀ ਫੀਲ ਕਰਦੇ ਹੈਗੇ ਆਪਾਂ ਨੂੰ ਐਵੇਂ ਫੋਨ ਕਈ ਵਾਰੀ ਵੱਜਦਾ ਆਪਾਂ ਦੇਖਦੇ ਮੰਮੀ ਦਾ ਫੋਨ ਆ ਬਾਹਰ ਨਿਕਲ ਕੇ ਕਰ ਲਾਂਗੇ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਮੈਂ ਵੀ ਕਰਦਾ ਸਾਰੇ ਕਰਦੇ ਨੇ ਹਨਾ ਪਰ ਬਈ ਮੇਰੇ ਨਾਲ ਤਾਂ ਵਾਪਰ ਹੀ ਹੈ ਜੀ ਜਦੋਂ ਪਾਪਾ ਗਏ ਨੇ ਤਾਂ ਪਾਪਾ ਦਾ ਮੈਸੇਜ ਆ ਰਹੇ ਸੀ ਮੈਂ ਇੱਧਰ ਚਾਹ ਪੀ ਰਿਹਾ ਸੀ ਬੈਠਾ ਹਨਾ ਤੇ ਚਾਹ ਪੀਂਦਾ ਸੀ ਪਾਪਾ ਦੇ ਮੈਸੇਜ ਆਈ ਜਾਂਦੇ ਸੀ ਚਲ ਮੈਨੂੰ ਐਸੀ ਮੈਂ ਕਿਹਾ ਮਾਸਟਰ ਜੀ ਮੈਸੇਜ ਕਰੀ ਜਾਂਦੇ ਆ ਮੈਂ 5-7 ਮਿੰਟ ਤੱਕ ਕਾਲ ਹੀ ਕਰ ਲੂੰਗਾ ਵੀ ਚੱਲ ਬਾਰ ਬਾਰ ਮੈਸੇਜ ਗਿਰੀ ਜਾਂਦੇ ਨੇ ਯਾਰ ਹਟਦੀ ਨੀ ਹਨਾ ਤੇ ਜਦੋਂ ਮੈਂ ਚਾਹ ਦਾ ਕੱਪ ਰੱਖ ਕੇ 10 ਮਿੰਟ ਬਾਅਦ ਫੋਨ ਕੀਤਾ ਤਾਂ ਮਾਸਟਰ ਜੀ ਵਾਜ਼ ਨੋ ਮੋਰ ਹਨਾ ਪਾਪਾ ਉਨੀ ਦੇਰ ਵਿੱਚ ਚਲੇ ਗਏ ਸੀ 5 ਮਿੰਟ ਚ ਹੀ ਚਲੇ ਗਏ ਸੀ ਸੋ ਨੈਵਰ ਨੋ ਕਦੋਂ ਕੀ ਹੋ ਜਾਣਾ ਸੋ ਆਪਾਂ ਇਹੀ ਗੱਲ ਕਹੀ ਗਈ ਹੈ ਜਿਹੜੀ ਤੁਸੀਂ ਗੱਲ ਫੰਡ ਦੀ ਕੋਸ਼ਿਸ਼ ਕੀਤੀ ਆਪਾਂ ਇਗਨੋਰ ਕਰ ਦਿੰਦੇ ਆ ਪਤਾ ਛੋਟੀਆਂ ਛੋਟੀਆਂ ਚੀਜ਼ਾਂ ਮੈਂ ਹਮੇਸ਼ਾ ਕਹਿੰਦਾ ਤੁਹਾਡੇ ਮਨ ਚ ਕੋਈ ਚੀਜ਼ ਆ ਨਾ ਐਕਚੁਅਲੀ ਆਪਣੀ ਫਿਲਮ ਵੀ ਇਹੀ ਆ ਵੀ ਤੁਹਾਡੇ ਮਨ ਚ ਕੋਈ ਚੀਜ਼ ਆ ਨਾ ਤੁਸੀਂ ਆਪਣੇ ਪੇਰੈਂਟਸ ਨੂੰ ਕੋਈ ਚੀਜ਼ ਕਹਿਣੀ ਚਾਹੁੰਦੇ ਹੋ ਕਈ ਵਾਰੀ ਜਿਵੇਂ ਪਿਛਲੀ ਅਰਦਾਸ ਕਰਾਂ ਦੇ ਵਿੱਚ ਇੱਕ ਸੀਨ ਸੀਗਾ ਮੇਰਾ ਜਿਹੜਾ ਲਿਖਿਆ ਸੀਗਾ ਤੁਸੀਂ ਜਦੋਂ ਆਪਣੇ ਬਾਪੂ ਨੂੰ ਯਾਦ ਕਰਦਾ ਹਨਾ ਤੇ ਬਾਪੂ ਨੂੰ ਯਾਦ ਕਰਕੇ ਉਹ ਕਹਿੰਦਾ 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 ਬਾਪੂ ਤੇਰੇ ਇੱਕ ਗੱਲ ਕਹਿਣੀ ਸੀ ਕਹਿਣੀ ਰਹਿ ਗਈ ਹਨਾ ਪਰ ਉਹ ਰੋਂਦਾ ਰੋਂਦਾ ਉੱਪਰ ਨੂੰ ਕਰਕੇ ਕਹਿੰਦਾ ਕਹਿੰਦਾ ਆਈ ਲਵ ਯੂ ਬਾਪੂ ਹਨਾ ਸੋ ਕਈਆਂ ਕਈਆਂ ਤੋਂ ਕਈ ਨਹੀਂ ਹੁੰਦੀਆਂ ਬੜੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਹਨਾ ਸੋ ਉਹ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲਾਈਫ ਦੇ ਵਿੱਚ ਕਈ ਵਾਰੀ ਆਪਾਂ ਇਗਨੋਰ ਕਰ ਦਿੰਦੇ ਹਾਂ ਜਾਂ ਕਈ ਵਾਰੀ ਚਾਹੁੰਦੇ ਨਾ ਚਾਹੁੰਦੇ ਹੋਈ ਨਿੱਕੀਆਂ ਮੋਟੀਆਂ ਗੱਲਾਂ ਦੇ ਵਿੱਚ ਉਹ ਚੀਜ਼ਾਂ ਰਹਿ ਜਾਂਦੀਆਂ ਨੇ ਹਨਾ ਬਿਲਕੁਲ ਰਹਿ ਜਾਂਦੀਆਂ ਨੇ ਇੰਨੀ ਇਮੋਸ਼ਨਲ ਸਬਜੈਕਟ ਹੈ ਮੈਂ ਰਾਤ ਗੱਲਾਂ ਕਰਦਾ ਕਰਦਾ ਕਰਨ ਲੱਗਿਆ ਸੀਰਤ ਤੇ ਵਾਈਫ ਬੇਟਾ ਕੋਲ ਬੈਠੇ ਸੀ ਉਹ ਉਹਨਾਂ ਦਾ ਜੀ ਜਾ ਤਾਂ ਲੱਗਿਆ ਕਹਿੰਦੇ ਬਸ ਬਸ ਅਸੀਂ ਕਹਿੰਦੇ ਫਿਲਮ ਦੇਖਣੀ ਹੈ ਤੁਸੀਂ ਹੁਣ ਅੱਗੇ ਨਾ ਵਧੋ ਸਾਡੀ ਫਿਲਮ ਦਾ ਸਵਾਲ ਖਰਾਬ ਕਰ ਦਿਓ ਮੈਂ ਸਿਰਫ ਇੰਨਾ ਹੀ ਕਿਹਾ ਉਹਨਾਂ ਨੂੰ ਮੈਂ ਕਹਿੰਦਾ ਇਹ ਦੀਵਾਲੀ ਮੈਨੂੰ ਬਹੁਤ ਚੰਗੀ ਲੱਗਦੀ ਹੈ ਦੀਵਾਲੀ ਮੈਨੂੰ ਦੀਵੇ ਰੋਸ਼ਨੀ ਪਟਾਕਿਆਂ ਨੂੰ ਛੱਡ ਕੇ ਬਹੁਤ ਚੰਗੀ ਲੱਗਦੀ ਹੈ ਮੈਂ ਕਿਹਾ ਇਹ ਦੀਵਾਲੀ ਮੈਂ ਇਸ ਤਰੀਕੇ ਨਾਲ ਲੈ ਕੇ ਆਏ ਅਸੀਂ ਫਿਲਮ ਦੇ ਵਿੱਚ ਮੈਂ ਕਿਹਾ ਜਦੋਂ ਬਾਈ ਨੇ ਸੀਨ ਪੜਿਆ ਦੀਵਾਲੀ ਵਾਲਾ ਤੇ ਬਚਪਨ ਦੇ ਵਿੱਚ ਰਿਲੇਟ ਕਰਨ ਵਾਲਾ ਮੈਂ ਕਿਹਾ ਬਾਈ ਨੂੰ ਮੈਂ ਹਜੇ ਬਚਪਨ ਵਾਲਾ ਸੀਨ ਭੇਜਿਆ ਸੀ ਤੇ ਉਹ ਮੈਨੂੰ ਕਹਿੰਦੇ ਵੀ ਤੂੰ ਵੱਡੀ ਸ਼ਰਾਰਤ ਕਰੇਗਾ ਇਹ ਪਚ ਜੂਗੀ ਲੋਕਾਂ ਦੇ ਜਿਹੜੀ ਤੁਸੀਂ ਅੱਗੇ ਜਾ ਕੇ ਕਰਨੀ ਹੈ ਮੈਂ ਕਿਹਾ ਬਾਈ ਹਾਂ ਪਚ ਜੂਗੀ ਪਰ ਔਖੀ ਪਚੂਗੀ ਪਰ ਬਾਈ ਉਹ ਕਿਆ ਸੀਨ ਹੈ ਦੀਵਾਲੀ ਦਾ ਤੇ ਦੀਵਾਲੀ ਬਹੁਤ ਵਧੀਆ ਬਣ ਕੇ ਉਹ ਕਮਾਲ ਆ ਕਮਾਲ ਆ ਬਹੁਤ ਬਹੁਤ ਵਧੀਆ ਬਣ ਕੇ ਆਇਆ ਸੋ ਚਲੋ ਫਾਈਨਲੀ ਹੁਣ ਜੀ ਦਿਨ ਰਹਿ ਗਏ ਨੇ ਦੋ ਤਿੰਨ ਮਦਰਸ ਡੇ ਵੀਕਐਂਡ ਆ ਗਿਆ ਸਾਰੀਆਂ ਮਾਵਾਂ ਨੂੰ ਸਮਰਪਿਤ ਇਹ ਫਿਲਮ ਰਾਣੇ ਬਾਈ ਨੇ ਇੱਕ ਲਾਈਨ ਬੜੀ ਅੱਛੀ ਅੱਗੇ ਲਿਖੀ ਸੀ ਯਾਦ ਆ ਸਾਨੂੰ ਹਾਂਜੀ ਹਾਂਜੀ ਧਰਤੀ ਮਾਲੀ ਜਿਹੜੀ ਹਾਂ ਯਾਦ ਨੀ ਸਾਨੂੰ ਸਾਰੀ ਨਹੀਂ ਪੂਰੀ ਯਾਦ ਨੀ ਮੈਂ ਤੁਹਾਨੂੰ ਲਿਖ ਕੇ ਭੇਜ ਦੇਣਾ ਉਹਨਾਂ ਮੌਕੇ ਤੇ ਮੈਂ ਸ਼ੂਟਿੰਗ ਤੇ ਬੈਠਾ ਸੀ ਉਹ ਵੀ ਮੈਂ ਆਤਾ ਮੈਂ ਕਿਹਾ ਇਹ ਵੀ 12ਵਾਂ ਟੇਕ ਸੀ ਨਹੀਂ ਬਾਈ ਹੋਰ ਬਾਈ ਹੋਰ ਬਾਈ ਹੋਰ ਬਾਈ ਹੋਰ ਅੱਗੇ ਇੱਕ ਲਾਈਨ ਲਿਖਣੀ ਸੀਗੀ ਵੀ ਇਹ ਫਿਲਮ ਸਾਰੀਆਂ ਮਾਵਾਂ ਨੂੰ ਸਮਰਪਿਤ ਹੈ ਤੇ ਮੈਂ ਚਾਹੁੰਦਾ ਸੀ ਵੀ ਇਹ ਸਿੰਪਲ ਨਾ ਹੋਵੇ ਇਹ ਪ੍ਰੋਪਰ ਵਧੀਆ ਤਰੀਕੇ ਨਾਲ ਆਵੇ ਵਧੀਆ ਤਰੀਕੇ ਨਾਲ ਬੋਲੀ ਜਾਵੇ ਪ੍ਰੋਪਰ ਜਦੋਂ ਫਿਲਮ ਬਣਾਈ ਆ ਤਾਂ ਜਦੋਂ
ਕੋਈ ਵੀ ਬੱਚਾ ਆਪਣੀ ਮਾਂ ਨੂੰ ਲੈ ਕੇ ਜਾਵੇ ਹਨਾ, ਪੇਰੈਂਟਸ ਬੱਚਿਆਂ ਨੂੰ ਲੈ ਕੇ ਜਾਣ ਹਨਾ, ਤਾਂ ਉਸ ਚੀਜ਼ ਦੀ ਉਹ ਮਾਂ ਜਿਹੜੀ ਬੈਠੀ ਸਿਨੇਮੇ ਚ ਫਿਲਮ ਦੇਖ ਰਹੀ ਆ ਤਾਂ ਉਹਨੂੰ ਲੱਗੇ ਕਿ ਇਹ ਫਿਲਮ ਮੇਰੇ ਲਈ ਬਣਾਈ ਗਈ ਆ ਹਨਾ। ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਫਿਲਮ, ਜਰੂਰ ਦੇਖ ਕੇ ਆਇਓ। ਔਰ ਅਸੀਂ ਦਾਅਵਾ ਕਰਦੀ ਹੈ, ਸਾਡੀ ਟੀਮ ਵੈਸੇ ਬਹੁਤ ਘੱਟ ਦਾਅਵੇ ਕਰਦੇ ਹੁੰਦੇ ਆ, ਕਿ ਤੁਹਾਡੇ ਵਕਤ ਦਾ ਮੁੱਲ ਮੋੜਾਂਗੇ, ਲੱਗੇ ਪੈਸਿਆਂ ਦਾ ਮੁੱਲ ਮੋੜਾਂਗੇ। ਔਰ ਅਸੀਂ ਇਹ ਯਕੀਨ ਨਾਲ ਕਹਿੰਦੇ ਹਾਂ ਕਿ ਤੁਸੀਂ ਉਹ ਫਿਲਮ ਦੇਖ ਕੇ ਆਓਗੇ, ਸਾਡੇ ਬਿਨਾਂ ਕਹੇ ਰਿਕਮੈਂਡ ਕਰੋਗੇ ਦੂਜਿਆਂ ਨੂੰ ਕਿ ਜਰੂਰ ਦੇਖ ਕੇ ਆਓ ਜਾ ਕੇ। ਔਰ ਦੂਸਰਾ ਇਹ ਫਿਲਮ ਅਸੀਂ ਸਰਦੂਲ ਭਾਜੀ ਨੂੰ ਵੀ ਸਮਰਪਿਤ ਕੀਤੀ ਹੈ ਜੀ, ਉਹਨਾਂ ਦੀ ਲਾਸਟ ਫਿਲਮ ਆ ਜਿਵੇਂ ਆਪਾਂ ਕਹਿ ਲਈਏ ਲਾਸਟ। ਅੱਛਾ ਦੋਨਾਂ ਦਾ ਗਾਣਾ ਲਾਸਟ ਸੀਗਾ, ਲਾਸਟ ਗਾਣਾ ਜਦੋਂ ਉੱਥੇ ਗਾਣੇ ਦੀ ਗੱਲ ਆਈ ਨਾ ਵੀ ਇੱਥੇ ਗਾਣਾ ਚਲਾਉਣਾ ਏਦਾਂ ਏਦਾਂ ਕਰਕੇ ਡਿਊਟ ਗਾਣਾ ਚਲਾਉਣਾ, ਤੇ ਕੁਦਰਤੀ ਉਸ ਟਾਈਮ ਸਰਦੂਲ ਭਾਜੀ ਕਾਫੀ ਟਾਈਮ ਦੀ ਗੱਲ ਆ, ਤੇ ਆਫਿਸ ਆਏ ਹੋਏ ਸੀਗੇ ਤੇ ਬੈਠੇ ਸਰਦੂਲ ਭਾਜੀ ਨਾਲ ਗੱਲਾਂ ਚੱਲਣ ਤੇ ਮੈਂ ਕਿਹਾ ਭਾਜੀ ਇੱਕ ਗਾਣਾ ਕਰਨਾ ਹਨਾ, ਮੈਨੂੰ ਕਹਿੰਦੇ ਤੂੰ ਪੁੱਛਦਾ ਕਿਉਂ ਆ ਵੀ ਤੈਨੂੰ ਕਹਿਣ ਦੀ ਲੋੜ ਆ, ਮੈਂ ਕਿਹਾ ਨਹੀਂ ਜੀ ਵੀ ਐਂ ਡਿਊਟ ਗਾਣਾ ਕਰ। ਬਿਊਰੋ ਰਿਪੋਰਟ ਫਿਲਮੀ ਤੜਕਾ।